ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਨਾਜ਼ਰੀਨ ਪ੍ਰੋਗਰਾਮ ਵੇਲੇ ਦੀ ਗੱਲ ਦੇ ਨਾਲ ਤੁਹਾਡਾ ਮੇਜ਼ਬਾਨ ਮੀਆਂ ਤਾਰਿਕ ਹਾਜ਼ਰ ਖਿਦਮਤ ਹੈ ਨਾਜ਼ਰੀਨ ਇਕਰਾਮ ਮਕਬੂਜ਼ਾ ਕਸ਼ਮੀਰ 'ਚ ਰਿਆਸਤੀ ਦਹਿਸ਼ਤਗਰਦੀ ਅਰੂਜ 'ਤੇ ਪਹੁੰਚ ਗਈ 12 ਕਸ਼ਮੀਰੀ ਸ਼ਹੀਦ ਕਰ ਦਿੱਤੇ ਗਏ ਵਾਦੀ ਦੇ ਵਿੱਚ ਭਾਰਤ ਨੇ ਸਦਾਰਤੀ ਰਾਜ ਨਾਫਿਜ਼ ਕਰ ਦਿੱਤਾ ਹੈ ਔਰ ਉਹਦੇ ਤੋਂ ਬਾਅਦ ਹੁਰੀਅਤ ਕਿਆਦਤ ਨੂੰ ਜਿਹੜਾ ਆ ਸਾਰੀ ਹੁਰੀਅਤ ਕਿਆਦਤ ਜਿਹੜੀ ਆ ਉਹ ਗ੍ਰਿਫਤਾਰ ਕਰ ਲਈ ਗਈ ਹੈ ਮਕਬੂਜ਼ਾ ਕਸ਼ਮੀਰ 'ਚ ਭਾਰਤੀ ਰਿਆਸਤੀ ਦਹਿਸ਼ਤਗਰਦੀ ਅਤੇ ਆਲਮੀ ਬਰਾਦਰੀ ਕਿਉਂ ਖਾਮੋਸ਼ ਆ ਇਹ ਆਲਮੀ ਬਰਾਦਰੀ ਦੀ ਇਸ ਮੁਜਰਮਾਨਾ ਖਾਮੋਸ਼ੀ ਅਤੇ ਹੁਰੀਅਤ ਰਹਿਨੁਮਾ ਯਾਸੀਨ ਮਲਿਕ ਨੇ ਜਿਹੜਾ ਆ ਇਹ ਖਾਮੋਸ਼ੀ ਤੋੜਨ ਲਈ ਦੀ ਅਪੀਲ ਕੀਤੀ ਆਲਮੀ ਬਰਾਦਰੀ ਨੂੰ ਲੇਕਿਨ ਦੂਜੇ ਪਾਸੇ ਭਾਰਤ ਜਿਹੜਾ ਮੁਸਲਸਲ ਜਿਹੜਾ ਆ ਮਕਬੂਜ਼ਾ ਕਸ਼ਮੀਰ 'ਚ ਰਿਆਸਤੀ ਦਹਿਸ਼ਤਗਰਦੀ ਜਿਹੜੀ ਆ ਉਹਨੂੰ ਵਧਾ ਰਿਹਾ ਅਮਰੀਕੀ ਦਰਖਾਸਤ ਮਨਜ਼ੂਰ ਕਰਕੇ ਪਾਕਿਸਤਾਨ ਨੇ ਤਾਲਿਬਾਨ ਦੇ ਨਾਲ ਮੁਜ਼ਾਕਰਾਤ ਦੇ ਵਿੱਚ ਮਾਵਨਤ ਦਾ ਕਿਰਦਾਰ ਅਦਾ ਕੀਤਾ ਅਬੂਜ਼ਬੀ 'ਚ ਹੋਣ ਵਾਲੇ ਮੁਜ਼ਾਕਰਾਤ 'ਚ ਦੋਨੋਂ ਮੁਲਕਾਂ ਦੇ ਦਰਮਿਆਨ ਤਾਲਿਬਾਨ ਔਰ ਅਮਰੀਕਾ ਦੇ ਦਰਮਿਆਨ ਜਿਹੜੇ ਮੁਜ਼ਾਕਰਾਤ ਹੋਏ ਨੇ ਉਹਨਾਂ ਦੇ ਵਿੱਚ ਕੁਛ ਚੀਜ਼ਾਂ ਤੈਅ ਹੋਈਆਂ ਨੇ ਔਰ ਆਇੰਦਾ ਵਾਸਤੇ ਮੁਜ਼ਾਕਰਾਤ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਵਾ ਪਾਕਿਸਤਾਨ ਲਈ ਚੁੱਕੇ ਖਿੱਤੇ ਦੇ ਵਿੱਚ ਯਕੀਨਨ ਅਮਨ ਦਾ ਕਿਆਮ ਜਿਹੜਾ ਬੜਾ ਜ਼ਰੂਰੀ ਹੈਗਾ ਕਿਉਂਕਿ ਪਾਕਿਸਤਾਨ ਦੀਆਂ ਤਮਾਮ ਤਰ ਤਜਾਰਤ ਤਮਾਮ ਤਰ ਮਈਸ਼ਤ ਜਿਹੜੀ ਆ ਉਹ ਅਮਨ ਦੇ ਨਾਲ ਜਿਹੜੀ ਹੈਗੀ ਆ ਮੁਨਸਲਿਕ ਹੈਗੀ ਆ ਅਗਰ ਇਸ ਖਿੱਤੇ 'ਚ ਅਮਨ ਹੋਏਗਾ ਤਾਂ ਡੈਫੀਨੇਟਲੀ ਸੀ ਪੈਕ ਜਿਹੜਾ ਇੱਕ ਸਾਡੇ ਕੋਲ ਬਹੁਤ ਵੱਡਾ ਪ੍ਰੋਜੈਕਟ ਹੈ ਉਹ ਵੀ ਰਨ ਕਰੇਗਾ ਉਹਦੇ ਨਾਲ ਨਾਲ ਉਹ ਜਿਹੜੀ ਦੀਗਰ ਇੰਡਸਟਰੀ ਜਿਹੜੀ ਪਾਕਿਸਤਾਨ 'ਚ ਮਜ਼ੀਦ ਵਧੇਗੀ ਉਹ ਵੀ ਆਏਗੀ ਪਾਕਿਸਤਾਨ ਦੀ ਆਇਲ ਇੰਡਸਟਰੀ ਕਿੱਥੇ ਖੜੀ ਆ ਪਾਕਿਸਤਾਨ ਦੇ ਸਮੁੰਦਰ ਦੇ ਵਿੱਚ ਕੁਛ ਦਿਨ ਪਹਿਲੇ ਇੱਕ ਆਇਲ ਦਾ ਬਹੁਤ ਵੱਡਾ ਜ਼ਖੀਰਾ ਆ ਗਿਆ ਸੀ ਜਿਹਦੇ ਨਾਲ ਸਮੁੰਦਰੀ ਹਯਾਤ ਔਰ ਜਿਹੜਾ ਸੀਗਾ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਆਲੂਦਗੀ ਹੋ ਗਈ ਸੀ ਸਮੁੰਦਰੀ ਹਯਾਤ ਜਿਹੜੀ ਉਹ ਮਰਨ ਲੱਗ ਗਈ ਸੀ ਹੁਣ ਇਸ ਸਾਰੀ ਸੂਰਤ ਹਾਲ ਦੇ ਉੱਤੇ ਆਇੰਦਾ ਕਿ ਪਾਕਿਸਤਾਨ 'ਚ ਮਜ਼ੀਦ ਆਇਲ ਨਿਕਲ ਸਕਦਾ ਪਾਕਿਸਤਾਨ ਦੇ ਵਿੱਚ ਆਇਲ ਇੰਡਸਟਰੀ ਸਾਡੀ ਕਿੱਥੇ ਖੜੀ ਆ ਉਹਨੂੰ ਕੀ ਮਸਾਇਲ ਹੈਗੇ ਇਹਦੇ 'ਤੇ ਵੀ ਗੱਲ ਕਰਾਂਗੇ ਲੇਕਿਨ ਉਹਦੇ ਨਾਲ ਨਾਲ ਇੱਕ ਅੱਛੀ ਖਬਰ ਪਾਕਿਸਤਾਨ ਦੇ ਆਵਾਮ ਵਾਸਤੇ ਪਾਕਿਸਤਾਨ ਵਾਸਤੇ ਕਿ ਬ੍ਰਿਟਿਸ਼ ਏਅਰਵੇਜ਼ ਨੇ 10 ਸਾਲ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਦੁਬਾਰਾ ਵਾਪਸੀ ਹੋਈ ਹੈ ਔਰ ਉਹ ਨੈਕਸਟ ਈਅਰ ਜਿਹੜਾ ਆ ਆਪਣਾ ਆਪਰੇਸ਼ਨ ਪਾਕਿਸਤਾਨ ਤੋਂ ਸ਼ੁਰੂ ਕਰਨਗੇ ਇਹ ਅੱਜ ਦੇ ਮੌਜੂਦਾਤ ਨੇ ਇਹਨਾਂ 'ਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਹੈਗੇ ਨੇ ਅਬਦੁਲ ਕਾਦਰ ਜਖਰਾਨੀ ਸਾਹਿਬ ਚੇਅਰਮੈਨ ਪਾਕਿਸਤਾਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਮਰਚੈਂਟ ਐਸੋਸੀਏਸ਼ਨ ਦੇ ਇਹਨਾਂ ਦੇ ਨਾਲ ਤਸ਼ਰੀਫ ਰੱਖਦੇ ਨੇ ਫਾਰੂਕ ਮੋਇਨ ਸਾਹਿਬ ਸੀਨੀਅਰ ਸਹਾਫ਼ੀ ਔਰ ਤਜ਼ੀਆਕਾਰ ਹੈਗੇ ਨੇ ਔਰ ਇਹਨਾਂ ਦੇ ਨਾਲ ਤਸ਼ਰੀਫ ਰੱਖਦੇ ਨੇ ਮੁਹੰਮਦ ਵਸੀ ਖਾਨ ਡਾਇਰੈਕਟਰ ਨੇ ਬਾਈਕੋ ਪਾਕਿਸਤਾਨ ਪੈਟਰੋਲੀਅਮ ਪਾਕਿਸਤਾਨ ਦੇ ਸਾਰੇ ਮਹਿਮਾਨਾਂ ਨੂੰ ਖੁਸ਼ ਆਮਦੀਦ ਕਹਾਂਗਾ ਜਖਰਾਨੀ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਮਕਬੂਜ਼ਾ ਕਸ਼ਮੀਰ 'ਚ ਜਿਹੜੀ ਭਾਰਤੀ ਰਿਆਸਤੀ ਦਹਿਸ਼ਤਗਰਦੀ ਆ ਉਹਦੇ ਬਾਵਜੂਦ ਉੱਥੇ ਭਾਰਤ ਨੇ ਜਿਹੜਾ ਆ ਸਦਾਰਤੀ ਰਾਜ ਵੀ ਨਾਫਿਜ਼ ਕਰ ਦਿੱਤਾ ਆ 6 ਮਹੀਨੇ ਵਾਸਤੇ ਅਗਰ ਇਲੈਕਸ਼ਨ ਨਹੀਂ ਹੁੰਦੇ ਤਾਂ 6 ਮਹੀਨੇ ਤੱਕ ਸਦਾਰਤੀ ਰਾਜ ਵੀ ਰਹੇਗਾ 12 ਤੋਂ ਜ਼ਿਆਦਾ ਕਸ਼ਮੀਰੀਆਂ ਨੂੰ 3 ਦਿਨ ਪਹਿਲੇ ਸ਼ਹੀਦ ਕੀਤਾ ਗਿਆ ਜਿਹਦੇ 'ਤੇ ਪੂਰੀ ਹੁਰੀਅਤ ਕਿਆਦਤ ਨੇ ਹੜਤਾਲ ਦੇ ਐਲਾਨ ਕੀਤੀ ਔਰ ਪੂਰੀ ਹੁਰੀਅਤ ਕਿਆਦਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਫਨ ਪੋਸ਼ ਹੁਰੀਅਤ ਕਿਆਦਤ ਗ੍ਰਿਫਤਾਰ ਹੁੰਦੀ ਆ ਭਾਰਤੀ ਮਜ਼ਾਲਮ ਵੱਧਦੇ ਜਾਂਦੇ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜਿਹੜੇ ਮਜ਼ਾਲਮ ਹੈਗੇ ਇਹਨਾਂ ਨੂੰ ਰੋਕਣ ਵਾਸਤੇ ਆਲਮੀ ਬਰਾਦਰੀ ਜਿਹੜੀ ਮੁਜਰਮਾਨਾ ਖਾਮੋਸ਼ੀ ਉਹ ਕਦੋਂ ਖਤਮ ਹੋਏਗੀ ਦੇਖੇ ਮੀਆਂ ਸਾਹਿਬ ਸਭਸੇ ਪਹਿਲੇ ਤੋਂ ਹਮੇਂ ਇਹ ਕੰਡੈਮ ਕਰਨਾ ਚਾਹੀਏ ਕਿ ਜੋ ਵੀ ਹਮਾਰੀ ਪੁਰਾਣੀ ਕਸ਼ਮੀਰ ਕਮੇਟੀ ਥੀ ਉਹ ਇੱਕ ਖਾਓ ਪੀਰ ਕਮੇਟੀ ਥੀ ਉਹਨੇ ਕਸ਼ਮੀਰ ਕੇ ਕੌਸ ਕੋ ਬਿਲਕੁਲ ਇੱਕ ਸਰਦ ਖਾਨੇ ਮੇਂ ਡਾਲ ਦਿਆ ਥਾ ਠੀਕ ਹੈ ਆਜ ਹਮੇਂ ਹਮ ਇੱਕ ਮੁਸਲਮਾਨ ਕੀ ਹੈਸੀਅਤ ਸੇ ਪਾਕਿਸਤਾਨ ਕੀ ਹੈਸੀਅਤ ਸੇ ਪਾਕਿਸਤਾਨੀ ਕੀ ਹੈਸੀਅਤ ਸੇ ਹਮੇਂ ਕਸ਼ਮੀਰ ਕੌਸ ਕੋ ਉਜਾਗਰ ਕਰਨਾ ਚਾਹੀਏ ਹਰ ਫੋਰਮ ਪੇ OIC ਫੋਰਮ ਪੇ UN ਫੋਰਮ ਪੇ ਹਮੇਂ ਜਲਦ ਸੇ ਜਲਦ ਆਪਣੇ ਸਫਾਰਤਕਾਰ ਹਰ ਇੰਟਰਨੈਸ਼ਨਲ ਲੈਵਲ ਪੇ ਭੇਜਣੇ ਚਾਹੀਏ ਔਰ ਇਹਨੇ ਬਤਾਨਾ ਚਾਹੀਏ ਕਿ ਕਸ਼ਮੀਰ ਮੇਂ ਜ਼ੁਲਮ ਮਜ਼ਾਲਿਮ ਡਾਏ ਜਾ ਰਹੇ ਹੈਂ ਔਰ ਹਮੇਂ ਹਮਾਰੀ ਕੌਮ ਕੋ ਯੇ ਪੂਰੀ ਇੰਡੀਅਨ ਪ੍ਰੋਡਕਟਸ ਕਾ ਬਾਈਕਾਟ ਸੋਸ਼ਲੀ ਬਾਈਕਾਟ ਖੁਦ ਕਰਨਾ ਚਾਹੀਏ ਗੌਰਮੈਂਟ ਬਾਅਦ ਮੇਂ ਕਰੇ ਪਹਿਲੇ ਹਮਾਰੀ ਵਿਲ ਹੋਣੀ ਚਾਹੀਏ ਐਜ਼ ਅ ਪਾਕਿਸਤਾਨੀ ਐਜ਼ ਅ ਮੁਸਲਿਮ ਹਮ ਆਪਣਾ ਬਾਈਕਾਟ ਕਰੇਂ ਔਰ ਹਮ ਯੇ ਮੁਸਲਿਮ ਕੰਟਰੀਜ਼ ਕੋ ਵੀ ਬਾਵਰ ਕਰਾਏ ਕਿ ਆਪਕੋ ਵੀ ਆਪਣਾ ਜਿਤਨੀ ਵੀ ਹਿੰਦੂਓਂ ਕੀ ਪ੍ਰੋਡਕਟਸ ਹੈ ਉਸਕਾ ਬਾਈਕਾਟ ਕਰਨਾ ਚਾਹੀਏ ਆਜ ਅਗਰ ਸਾਊਦੀਅਨ ਹਮਾਰੇ ਸਾਥ ਖੜਾ ਹੋ ਜਾਏ ਆਜ ਯੂਹੀ ਹਮਾਰੇ ਸਾਥ ਖੜਾ ਹੋ ਜਾਏ ਐਜ਼ ਅ ਮੁਸਲਮਾਨ ਤੋ ਯੇ ਇੰਡੀਆ ਗੁਟਨੇ ਟੇਕ ਦੇਗਾ ਉਸਕੀ ਇਕਨੋਮਿਕ ਸਾਰੀ ਬੇਸ ਆਪਕੇ ਅਰਬ ਮਮਾਲਿਕ ਮੇਂ ਕਰਤੀ ਹੈ ਹਮਾਰੇ ਸਾਥ ਮੁਸਲਮਾਨ ਕੋਈ ਨਹੀਂ ਖੜਾ ਹੋਤਾ ਹਮ ਖਾਲੀ ਆਪਣਾ ਮੁਸਲਮਾਨੋ ਕੇ ਕੌਸ ਕੇ ਲਈ ਖੜੇ ਹੋਤੇ ਹੈ ਤੋ ਹਮੇਂ ਯੇ ਕਰਨਾ ਪੜੇਗਾ ਹਮੇਂ ਆਪਣਾ ਇਸਕੇ ਲੀਏ ਲੜਨਾ ਪੜੇਗਾ ਇੱਕ ਕਿਸਮ ਕਾ ਯੇ ਹਮਾਰਾ ਫਰਜ਼ ਹੈ ਕਿ ਹਮ ਇਸ ਟੋਪਿਕ ਕੋ ਔਰ ਉਜਾਗਰ ਕਰੇਂ ਸਹੀ ਫਾਰੂਕ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਮਸਲਾ ਕਸ਼ਮੀਰ ਹੁਣ ਜਿਸ ਨਹਿਜ 'ਤੇ ਪਹੁੰਚ ਚੁੱਕਿਆ ਭਾਰਤੀ ਰਿਆਸਤੀ ਦਹਿਸ਼ਤਗਰਦੀ ਜਿਸ ਤਰ੍ਹਾਂ ਚੱਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਉਹਨੇ ਪੂਰੀ ਹੁਰੀਅਤ ਕਿਆਦਤ ਨੂੰ ਗ੍ਰਿਫਤਾਰ ਕਰ ਲਿਆ ਫਿਰ ਅਸੀਂ ਦੇਖਿਆ ਕਿ ਉਹਨਾਂ ਨੇ ਉੱਥੇ ਸਦਾਰਤੀ ਰਾਜ ਦਾ ਜਿਹੜਾ ਨਫਾਜ਼ ਕਰ ਦਿੱਤਾ ਨਾਫਿਜ਼ ਕਰ ਦਿੱਤਾ ਆ ਇਹਦੇ ਆਉਣ ਵਾਲੇ ਦਿਨਾਂ 'ਚ ਕੀ ਇੰਪੈਕਟ ਹੋਣਗੇ ਸ਼ੁਕਰੀਆ ਮੀਆਂ ਸਾਹਿਬ ਦੇਖੋ ਸਭ ਤੋਂ ਪਹਿਲੇ ਗੱਲ ਇਹ ਵੇ ਕਿ ਪੀਰ ਮੰਗਲਪੁਰ 3 ਦਿਨ ਦੀ ਹੜਤਾਲ ਕਹੀ ਸੀ ਮਕਬੂਜ਼ਾ ਕਸ਼ਮੀਰ ਦੇ ਕਿਆਦਤ ਨੇ ਉਹ ਬੰਦ ਹੈ
مقبوضہ کشمیر پورا, اور جس طرح یہ سارے معلوم ہے, بھاویں اقوام متحدہ ہوئے, اسلامک کانفرنس ہوئے, کوئی بھی دوسرے ملک, سارے معلوم ہے ایک فوجی اور 16 بندے یہ بھارتی فوجہ نے مقبوضہ کشمیر, ٹھیک ہے, یہ دنیا سب تو زیادہ ہے کہ ایک مخصوص علاقے انہی بھارتی فوج ہے, اور 20 سال نہیں 25 سال ہو گئے. جی جی, جی تھی کیا سی صدارتی نظام والا کہ بھارتی پارلیمنٹ جڑی لوک سبھا وہ کنٹرول کرے گی. جنوری 1990 بھی اس طرح کشمیریا نے مظاہرے شروع کیتے سن بغیر اسلحہ دے, اج بھی وہی پوزیشن ہے, اسلحہ نہیں ہے انہوں نے, وہ مظاہرہ کرتے نے, احتجاج کرتے نے, اور اس دا نتیجہ یہ نکلیا سی کہ 1991 اتھے صدارتی نظام نافذ کر دیتا سی مقبوضہ کشمیر بھارتی حکومت دے, وہ 6 سال رہا سی, گورنر رول نہیں سی, گورنر راج نہیں سی, صدارتی ڈائریکٹ انڈین پارلیمنٹ جڑی ہے لوک سبھا وہ کنٹرول کری 6 سال تک. 1996 جانی الیکشن کرائے سن, جس تو کٹ پتلی وزیر اعلی بنے سن فاروق عبداللہ بنے سی, یہ سارے دنیا نو اے حقائق معلوم نے. لیکن جس طرح ظلم اور ستم دی بازار گرم ہویا جی, کہ چھوٹے چھوٹے بچے جی آنکھاں پاچ کر دیتی ہیں, آنکھاں ختم تو معذور کر دیتا, بالکل چہرے مسخ کر دیتے, یہ تے کسی قانون کسی طریقے نال بھی جائز نہیں ہے کسی بھی دنیا. دیکھو جی, پاکستان دی حکومت کہہ دیئے کہ اسی صرف اخلاقی سیاسی امداد کرنے ہاں مقبوضہ کشمیر دے نہتے عورت مرد بچے ہیں, ٹھیک ہے, جو اپنا حقوق مانگ رہے ہیں, بالکل صحیح, حق ارادیت, اور اگر اسی مطالبہ کرنے ہاں اقوام متحدہ نوں, سلامتی کونسل نوں, جنرل اسمبلی نوں, اپنا ایک وفد تے بھیجنا مقبوضہ کشمیر, بالکل ٹھیک ہے, خود دیکھن کہ ظلم و ستم کس دائے, اپنی ایک رپورٹ بنان, اور دوڑیں پچھلے سال اس سال دے شروع ایک سی اقوام متحدہ دی رپورٹ آئی سی ہیومن رائٹس دی جڑی, بھارت کسی صحافی نوں نہیں جان دیندا مقبوضہ کشمیر, کوئی تھنک ٹینک والے نہیں بند جا سکتے, آبزرور نہیں جا سکتے, اقوام متحدہ دے مشن نو تے الاؤ کرنا چاہیے نا جی, بھائی اقوام متحدہ دے ایجنڈے ہی چے کشمیر دا مسئلہ 1948 تو, ٹھیک ہے, بھارت خود گیا سی, بھارت خود گیا سی, بھارت خود 2018 بھارت خود لے کے اس مسئلے نو اقوام متحدہ چ گیا سی, لیکن اے دے باوجود جڑا ہے 71 سال ہونے دے باوجود جڑی صورتحال ہے کہ کشمیری جڑے ہے وہ اج وی اپنے حقوق واسطے آزادی واسطے لڑ رہے نے, لیکن مسئلہ یہ ہے گا کہ اقوام عالم دی مجرمانہ خاموشی ہن ختم ہونی چاہیے. سب تو چیز ہے جی, اقوام متحدہ اپنا مشن کیوں نہیں بھیجتا, بالکل صحیح, بالکل صحیح, بھیجے کہ زمینی صورتحال پر چلے کہ کس طرح بے گناہ لوگوں کو مارے جا رہے ہیں بھارتی فوج دے ظلم ستم, اس تو علاوہ 8 لاکھ تے بھارتی فوج ہے, اس تو علاوہ 4 لاکھ سیکورٹی فورس ہے جی, 4 لاکھ دے قریب ملٹری اور سول جڑی فوجی اور نیم فوجی دستے جڑے مزید ہے گئے, اور 12 لاکھ دے قریب فوج ہے گئی. وسیع خان صاحب بہت شکریہ آپ ہمارے پروگرام میں تشریف لے کے آئے. یہ بتائیے گا کہ پاکستان کی آئل انڈسٹری اس وقت کہاں کھڑی ہے, پاکستان کو کی آئل انڈسٹری کن مسائل سے دوچار ہے, کن مشکلات کا سامنا ہے, اور آنے والے دنوں میں ان اس انڈسٹری کے میں کیا بہتری لائی جا سکتی ہے؟ اس وقت پاکستان کی پرٹیکولرلی جو آئل ریفائنریز ہیں جی جی, ان کو جو سب سے بڑا مسئلہ درپیش ہے وہ ان کے جو فرنیس آئل کی کھپت اس ملک میں تقریباً نہ ہونے کے برابر ہو گئی. اس میں زیادہ اثر اس وجہ سے ہوا ہے کہ ملک میں نیچرل گیس اور خاص طور پہ RLNG کو جب امپورٹ کیا اور اس کو فرنیس آئل سے ریپلیس کر دیا پاور پلانٹس میں, اور اس میں کسی قسم کی پلاننگ کو مد نظر نہیں رکھا, نہ ریفائنریوں کو یہ مہلت دی کہ وہ اس کا کوئی سبسٹیٹیوٹ ڈھونڈتے, نتیجہ تن ان کو بہت زبردست اور شدید مشکلات کا سامنا ہے. تمام آئل ریفائنریز اپنے فرنیس آئل کو اس وقت جمع کر رہے ہیں کیونکہ ملک میں اس کی کھپت نہ ہونے کے برابر ہو گئی ہے. اب لے دے کر ایک راستہ رہ گیا ہے کہ اس کو ایکسپورٹ کریں, مگر ہوتا یہ ہے کہ اگر آپ اس طرح کے پروڈکٹ کو جیسا کہ فرنیس آئل ہے اس کو جب ایکسپورٹ کرتے ہیں تو اس کی آپ کو اس سے کہیں کم قیمت ملتی ہے جو کہ اس کی اصل میں قیمت ہے اور ملک میں جس پہ کھپت پہ اس کو ملتی ہے, تو ریفائنریوں کو شدید نقصانات ہونے کا اندیشہ ہے اگر جلد ہی اس مسئلے کا حل انہوں نے نہیں ڈھونڈا. جو اس کا لانگ ٹرم حل ہے وہ تو یہ ہے کہ تمام ریفائنریوں کو
اپنے اپنے پروسیسز کو مزید اپ گریڈ کرنا چاہیے اور اس میں کریکنگ فیسلٹیز لگائیں تاکہ فرنس آئل کو کریک کر کے اس سے پھر ڈیزل اور پیٹرول بنائیں۔ صحیح، دیکھیے جو اس وقت مسائل ہیں، جن مشکلات کا سامنا ہماری یہ پیٹرولیم انڈسٹری کر رہی ہے، آپ کیا سمجھتے ہیں کہ اس کے فیوچر پر، پاکستان کی اکانومی پہ کتنے نگیٹو اثرات مرتب ہوں گے؟ بے حد گہرے نگیٹو اثرات مرتب ہوں گے۔ اس کی وجہ یہ ہے کہ کسی بھی ملک کی جی ڈی پی گروتھ اس چیز سے ڈائریکٹلی کنیکٹڈ ہوتی ہے کہ اس کی انرجی کی سپلائی کتنی سیکیورڈ ہے اور کتنی زیادہ آسانی سے۔ اس کا ہم نے خود مظاہرہ دیکھا ہے، جب سے ملک میں لوڈ شیڈنگ ہوئی یا نیچرل گیس کی کمی ہوئی تو کتنے کارخانے بند ہو گئے اور ترقی آپ کی رک گئی، بلکہ آپ الٹی ڈائریکشن میں چل پڑے۔ تو یہ بے حد ضروری ہے کہ آپ کی ریفائنریاں چلتی رہیں، آپ کے ملک میں آئل اور اس کی انڈسٹری کو مسلسل ترقی ملتی رہے تاکہ سپلائیز جاری ساری رہیں اور ملک میں جہاں کھپت ہونی ہے اس کی وہ ہو اور ترقی سے اس کا ڈائریکٹ تعلق ہے۔ اگر آپ کسی وجہ سے بھی اس چیز کو روک دیں گے یا اس کا کوئی متبادل بندوبست نہیں کریں گے تو یہ کہیں بالکل یہ آبویس ہے کہ ترقی آپ کی نہ صرف رک جائے گی بلکہ وہ نیگیٹو گروتھ چلی جائے گی۔ فاروق صاحب، تھوڑا سا آتے ہیں کشمیر کی طرف، کس طرح دیکھتے ہو کہ ہن تک جڑی ساری صورتحال ڈیولپ ہوئی ہے، جس طرح مقبوضہ کشمیر چ ریاستی دہشت گردی دا کشمیری نہتے مقابلہ کر رہے ہیں، حریت قیادت اندر چلی ساری گرفتار کر لی گئی ہے، وہ کفن پوش قیادت باہر نکلی سی احتجاج واسطے کہ وہ جا کے بھارتی چھاؤنی دے وچ جا کے اتنے مظاہرہ کرنگے، احتجاج کرن گے کہ سانو بے شک سارے نو مار دیو کیونکہ تانوں یہ لت پی گئی ہے ساڈے خون دی۔ ہن جڑا صورتحال مقبوضہ کشمیر چ پیدا ہو چکی ہے، کیا آزادی دی تحریک رک سکتی ہے؟ جی دیکھو، نعرے تو اتنے عوام دی آواز ہے نا مقبوضہ کشمیر، سانو اختیار ہونا چاہیے اپنے مستقبل دا فیصلہ کرنے۔ بالکل صحیح، جس طرح پہلے میں گزارش کی تھی کہ بھارت، جس طرح تسی بھی صحیح کیا کہ 1948 بھارت کشمیر دا مسئلہ اقوام متحدہ لے کے گیا، اتنے سیکیورٹی کاؤنسل دے قراردادا نے۔ ہوں جہاں اس وقت صورتحال ہے، جس طرح دیکھو جی، ایک تو ینگ لڑکا سی کوئی 14 سال کا یا 13 سال کا، اس نے ایک انڈیا فلم بنی سی حیدر، اس بھی کام کیا، اور وہ ایک دوسرا سی اس کی کوئی 17 سال عمر سی، مطلب وہ کس طرح پستول یا رائفل اٹھا سکتا ہے جی، وہ مارے ہیں جی، جس طرح جی 11 بندے ایک دن مارے گئے، اس یہ 2 لڑکے بھی شامل سن۔ تے میں یہ کہنا ہے کہ یہ تے بے حسی ہے عالمی برادری دی کہ جو انہاں نو زمینی حقائق سارے مقبوضہ کشمیر دے معلوم نے، ہن جڑے دعویٰ کرتے نے جھوٹا دعویٰ کہ اسی دنیا دی سب تو بڑی جمہوریت ہے بھارت، یہ تے سب تو بڑا فراڈ ہے جمہوریت دے نال جی، کہ جو کچھ اتھے ہوتا ہے کہ جی اتھے جمہوریت ہے، کتھے جمہوریت ہے جی، وہ پارٹیاں آپس کٹ پتلی حکومت اور اندر نال سیاسی جماعت جہاں نے تنظیمہ نے وہ لڑتی نے آپس، اور کوئی فیصلہ نہیں کرتے کہ جی مقبوضہ کشمیر کی جیڑی کٹ پتلی اسمبلی ہے اس کہڑا اقتدار چاہے گا، کس طرح ہوئے گا، جیڑی طے ہے کہ جی 4 سال یا 5 سال ہوئے گی ادنی ہوگی۔ بھارت کے اپنے ملک جیڑی ہے، اس لیے جو کیتا عوام نے فیصلہ سارے معلوم ہے جی، اس مہینے کے شروع جس طرح 3 ریاست جتھے ہندو ووٹر سن، جی نمائندگی انتہا پسند جماعت بھارتی جنتا پارٹی کر رہی ہے، اتھے وزیر اعظم جڑے نریندر مودی صاحب کی سیاسی جماعت ہار گئی ہے، ہوں جڑے اپریل کے آخر یا مارچ مئی کے شروع انتخابات ہو گئے بھارت کے، یہ تو ایک ڈھونگ رچاتا ہے بھارت دنیا نو دکھان واسطے، تے ساڈا جڑا ہے وہ صرف پاکستان دا جڑا ہے وہ کشمیری عوام دے نال ہے یکجہتی، صحیح، سیاسی اخلاقی اور سفارتی، بے شک یہ اسی مدد کرنا ہے۔ جڑے جھوٹے پروپیگنڈا کردا ہے بھارت، وہ تو اقوام متحدہ کیوں نہیں بھیجدا؟ پاکستان نے تے بھی کہا مقبوضہ کشمیر وچ بھیجو فیکٹ مشن، آزاد کشمیر وچ بھی اسی اجازت دینا لے کے آؤ ایتھے بھی، کہ جڑے الزامات نے وہ ثابت کریے اسی کہ آزاد جموں کشمیر وچ بھی آ جائے وہی وفد جڑا مقبوضہ کشمیر وچ جائے۔ میرا مطلب ہے یہ اتنا بہترین دنیا دے قبول واسطے پاکستان دی حکومت دا سٹینڈ رہا ہے، پاویں جدی بھی حکومت ہوے پاکستان وچ، کہ اس طرح مسئلہ حل نہیں ہو سکتا جدوں تک
پوری عالمی برادری نو اقوام متحدہ ایک فورم ہے نا جی اتھے دکھان کے دی یہ ظلم و ستم دی داستان ہے صحیح جنوری 1990 تو شروع ہوئی ہے جی اور دسمبر 2018 ہے اور ردیا کی نکلیا ہے بے دردی نال جس طرح عورتیں اور بچیاں دی عصمت لوٹی گئی ہے جی جان تو مارا گیا ہے نوجوان نو کوئی روزگار دے کوئی سواری نہیں پیدا ہوتا گولی دی سرکار فاروق صاحب ایک سب تو بڑا ظلم یہ ہویا وا کہ اتھے جڑیاں فصلیں ہیں جڑیاں اتھے دیاں اتھے دے عوام دی رہن سہن دا انہاں دی گزر اوقات دا جڑا سبب سی گا وہ بھی تباہ و برباد کر دیتی گئیں سیب دی فصل کٹ دیتی گئی ہے اسی طرح دیگر زعفران دی فصل بالکل ختم کر دیتی گئی ہے انہوں نے تباہ و برباد کر دیتا عبد الخالق جکرانی صاحب مقبوضہ کشمیر یقیناً پوری دنیا دے اتے ایک ایسا بلدا ہویا شولہ کہہ لو یا ایک دہکدہ ہویا کوئلہ کہہ لو کہ جہدے وچ کسے وقت بھی جہدی وجہ نال ایک خطے دے وچ ایٹمی جنگ ہو سکتی ہے کیونکہ پاکستان اور بھارت دونوں ایٹمی ممالک ہیں اقوام عالم نو اس مسئلے دے حل واسطے کی اقدامات کرنے چاہیے تاکہ ایک دنیا ایک ایٹمی جنگ تو بچ سکے کیونکہ بہت سارے لوگوں نے پیشن گوئیاں کرنی شروع کر دیتی ہیں کہ تیسری عالمی جنگ جڑی ہوئے گی وہ 2019 شروع ہوئے گی لیکن اگر اس تناظر دے وچ دیکھیے کہ کیا اس خطے نو جنگ تو بچایا جا سکتا ہے اس مسئلے نو حل کر کے دیکھیں میاں صاحب ایک تو ہماری خواب خیالی ہے جی کہ ہم اپنا کوئی جنگ افورڈ کر سکتے ہیں پاکستان یا انڈیا دیٹ ناٹ پاسبل کہ ہم اپنا ایٹمک جنگ کریں یا وہ کریں صحیح اس کے لیے ہمیں سب سے پہلے میں نے آپ سے پہلے بھی یہ کہا کہ ہمیں کشمیر کوس کو بہت ایکٹیویٹ کرنا پڑے گا صحیح مطلب ہر میڈیا پہ پوری دنیا کے اندر جتنے بھی ہمارے دوست ممالک ہیں اور جتنے بھی اپنا دوسرے ملک ہیں اس میں کانفرنس کرانی چاہیے ہمارے ڈپلومیٹس ورک کریں ہمارے پارلیمنٹس ورک کریں پارلیمنٹرین ورک کریں اور ہم ایک انڈیا کی پوری پروڈکٹس کا سوشل بائیکاٹ کریں صحیح جس طرح ہمارے چیف جسٹس صاحب نے یہ کہا ورنہ کے زمانے میں تو ہم سب انڈیا کے سانگس جتنے میڈیا پہ آتے تھے آج اللہ کا بڑا کرم ہے کہ انڈیا کے ڈرامے اور اپنا جتنے سانگز ہیں وہ بند ہو چکے ہیں صحیح اسی طرح ہمیں ایک نیشن اسپرٹ ڈیولپ کرنی پڑے گی صحیح اور ہمیں یہ کرنا پڑے گا اور ہمیں یہ بھی طے کرنا پڑے گا ہمیں سعودی عرب کو بھی طے کرنا پڑے گا ان کا بھی ہمارے ساتھ ہی لنک ہے یو اے ای کا بھی ہمارے ساتھ لنک ہے کہ ہم جتنے انڈینز ہیں ان سے وہ کاروبار ختم کریں آج اگر ہمارے یہ سعودی عرب طے کر لے کہ ہمارے پاکستان سے ہماری لیبر اگر امپورٹ کرے گا ہمارے اسکل اور انسکل فل لیبر تو آج ہماری بھی غربت سے ہم نکل جائیں گے اور سعودی عرب کو بھی بینیفٹ ملے گا وہ اس ہندوؤں کے چنگل سے نکل جائیں گے یو ای کا بھی یہی ہوگا تو میرا کہنا کا یہ مقصد ہے ہمیں یہ کڑوے اسٹیپ لینے پڑیں گے اور ہمارے اسلامی ممالک جتنے ہیں اس کو بھی لینے پڑیں گے اور او آئی سی کو بھی یہ کرنا پڑے گا کہ وہ آئیں اور پاکستان کی حالت مضبوط کریں اور اس کوس کو کشمیر ایشوز کو اجاگر کریں اس کے لیے ورکنگ باؤنڈریز بنائیں اس کے اسی پہ ہمارا بیس ہوگا اور ہم اسی طرح کامیاب ہوں گے صحیح فاروق صاحب تسی کس طرح دیکھ رہے ہو کہ ہن تک اسی جڑی اقوام عالم دی کارکردگی دیکھیے اقوام متحدہ جڑیاں کشمیر دے اوتے قراردادیں پیش کیتیاں جا چکی ہیں انہاں دے اوتے اج تک کدی عمل درآمد نہیں ہویا اقوام متحدہ چ انڈیا گیا سی لیکن وہ ہجے تک اس تو پیچھے ہٹ جاندا کہ جدوں بھی مذاکرات دی گل کیتی جاندی انڈیا پیچھے ہٹ جاندا آئے روز انہوں کی وزیر خارجہ انہوں کا پرائم منسٹر انہوں نے میڈیا جڑا ہے پاکستان کے خلاف منفی پروپوگنڈا کرتے رہتے دہشت گردی کے الزام لاتے رہتے حالانکہ دہشت گردی ثابت ہو گئی کہ انڈیا جن بھی دہشت گردی کے واقعات ہوئے ہیں انہوں نے اپنی ایجنسیاں ملوث سی انہوں کے اپنے لوگ ملوث سی حتیٰ کہ اجمل قصاب جنہوں پاکستانی بنایا جا رہا سی وہ بھی انڈین نیشنل سا ہوں اس تناظر کے وچ تسی کس طرح دیکھتے ہو کہ پاکستان ہوں مسئلہ کشمیر کو کس طرح اجاگر کرنا چاہیے جس طرح خالق جکرانی صاحب نے کیا وا کہ سانو عالمی سطح تے جانا چاہیے سارے جڑی امبیسیز آ انہوں نے اگر ایک ڈیسک بنا دیتا جائے کشمیر ڈیسک اور چھوٹی چھوٹی ڈاکومنٹریز جڑی سارے کو مواد آ رہا انہوں اگر پوری دنیا چ اسی پھیلا دئیے تو کیا عالمی سطح دے اتنے رائے عامہ انڈیا دے خلاف نہیں ہو جائے گی دیکھو بی ایس صاحب اچھا سوال کیتا ہے پہلی گل یہ کہ پاکستان دی حکومت نے سرکاری طور پہ خط لکھیا ہے اقوام متحدہ دی سلامتی کونسل نو اے جڑے انڈیا دے ظلم دی داستان ہے نا ساری مقبوضہ کشمیر وچ وہ ساری انہوں نے کی ہر ایک کول موبائل فون ہے فلماں نے ساری وہ شاہ محمود قریشی صاحب نے ساڈے وزیر خارجہ نے یہ اقوام متحدہ سلامتی کونسل نو کیا دوسرا تسی کیا ہے اسلامک کانفرنس آرگنائزیشن جی مسلمانہ دی اسلامی ملکاں دی تنظیم ہے
ਉਹਨਾਂ ਨੂੰ ਵੀ ਕਿਹਾ ਕਿ ਜੀ ਉਹਨਾਂ ਦਾ ਇੱਕ ਹੁੰਦਾ ਹੈ ਕੰਟੈਕਟ ਗਰੁੱਪ ਜੀ ਜੀ ਕਸ਼ਮੀਰ ਦੇ ਮਸਲੇ ਸਹੀ ਉਹਦਾ ਫੌਰੀ ਤੌਰ 'ਤੇ ਐਮਰਜੈਂਸੀ ਇਜਲਾਸ ਬੁਲਾਇਆ ਜਾਏ ਔਰ ਇਹ ਕਿਹਾ ਜਾਏ ਕਿ ਇਹ ਜਿਹੜੀ ਤਾਜ਼ਾ ਤਰੀਨ ਵਾਕਿਆਤ ਨੇ ਜਿਸ ਤਰ੍ਹਾਂ ਲੋਕਾਂ ਨੂੰ ਨਹੀਂ ਨੌਜਵਾਨਾਂ ਨੂੰ ਔਰਤਾਂ ਦੀ ਬੇਹੁਰਮਤੀ ਹੋ ਰਹੀ ਹੈ ਔਰ ਇੱਕ ਦਿਨ 11 ਬੰਦੇ ਸ਼ਹੀਦ ਕੀਤੇ ਨੇ ਮੁਸਲਮਾਨ ਮਕਬੂਜ਼ਾ ਕਸ਼ਮੀਰ 'ਚ ਇਹਦੇ ਉੱਤੇ ਤਾਂ ਕੋਈ ਤਾਂ ਐਕਸ਼ਨ ਲਵੇ ਨਾ ਸਿਫਾਰਤੀ ਤੌਰ 'ਤੇ ਸਿਆਸੀ ਤੌਰ 'ਤੇ ਸਾਡੀ ਇਸਲਾਮਿਕ ਕਾਨਫਰੰਸ ਤਨਜ਼ੀਮ ਜਿਹੜੀ ਹੈ ਦੂਸਰਾ ਤੁਸੀਂ ਦਹਿਸ਼ਤਗਰਦੀ ਦਾ ਕਿਹਾ ਦੇਖੋ ਜੀ ਇਹ ਕੱਲ੍ਹ ਦਾ ਹੋਇਆ ਜੀ ਕਿ ਭਾਰਤੀ ਸਾਫੀ ਆਏ ਸਨ ਪਿਛਲੇ ਮਹੀਨੇ ਕਰਤਾਰਪੁਰ ਕੋਰੀਡੋਰ ਜਦੋਂ ਖੋਲ੍ਹਿਆ ਜੀ ਤਾਂ ਉਹਨਾਂ ਨੇ ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤ ਕੀਤੀ ਔਰ ਭਾਰਤ ਦੇ ਸਾਫੀ ਜਿਹੜੇ ਨੇ ਉਹ ਤਰਜਮਾਨ ਬਣੇ ਨੇ ਭਾਰਤ ਦਾ ਇੱਕ ਮੁਸਲਮਾਨ ਫੜਿਆ ਗਿਆ ਸੀ ਜੀ ਨਵੰਬਰ 2012 'ਚ ਉਹ ਗੈਰ ਕਾਨੂੰਨੀ ਤੌਰ 'ਚ ਅਫਗਾਨਿਸਤਾਨ ਤੋਂ ਪਾਕਿਸਤਾਨ ਦੀ ਸਰਹੱਦ ਕ੍ਰੋਸ ਕਰਕੇ ਕੁਹਾਟ 'ਚ ਗਿਆ ਉਹਦਾ ਨਾਂ ਹੈ ਜੀ ਨਿਹਾਲ ਹਾਸ਼ਮੀ ਸਹੀ ਇਹ ਜਦੋਂ ਅੰਸਾਰੀ ਸੋਰੀ ਨਿਹਾਲ ਅੰਸਾਰੀ ਇਹ ਦੇਖੋ ਜੀ ਉਹਦੀ ਦਹਿਸ਼ਤਗਰਦੀ ਤੇ ਅਲੱਗ ਚੀਜ਼ ਹੈ ਜਾਸੂਸੀ ਦਾ ਇਲਜ਼ਾਮ ਉੱਥੇ ਲਾਇਆ ਸਾਡੀ ਅਦਾਲਤ ਨੇ ਉਹਨੂੰ 2015 'ਚ ਦਸੰਬਰ 'ਚ 3 ਦੀ ਸਜ਼ਾ ਦਿੱਤੀ ਹੈ ਜੀ ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਭਾਰਤੀ ਸਾਫੀਆਂ ਨੇ ਉਹਦਾ ਕੇਸ ਨਿਪਟਾ ਰਹੇ ਸਨ 33 ਦੀ ਉਮਰ ਹੈ ਜੀ ਬੰਬਈ ਦਾ ਰਹਿਣ ਵਾਲਾ ਨਿਹਾਲ ਅੰਸਾਰੀ ਸਹੀ ਔਰ ਉਹਨੂੰ ਰਿਹਾਈ ਜਿਹੜੀ ਹੈ ਉਹ ਖਤਮ ਹੋਈ ਹੈ ਜੀ ਹਫ਼ਤੇ ਵਾਲੇ ਦਿਨ ਔਰ ਉਹਨੂੰ ਵਾਹਗਾ ਬਾਰਡਰ 'ਤੇ ਕੀਤਾ ਇਹ ਤੁਹਾਨੂੰ ਮਾਲੂਮ ਹੈ ਪਿਛਲੇ ਸਾਲ ਵੀ ਤੋਂ ਪਹਿਲੇ ਇੱਕ ਗੁਲਬਦੀਨ ਯਾਦੇਵ ਇਹ ਈਰਾਨ ਤੋਂ ਜਾਸੂਸੀ ਕਰਨ ਲਈ ਕਤਲੋਗਾਰਤ ਹੋ ਰਹੀ ਹੈ ਕੁਲਭੂਸ਼ਣ ਯਾਦੇਵ ਉਹਨੇ ਕਿਹਾ ਕਰਾਚੀ 'ਚ ਕੋਟਾ 'ਚ ਦੂਸਰੇ ਸ਼ਹਿਰਾਂ 'ਚ ਪੂਰਾ ਇੱਕ ਜਾਲ ਬਿਠਾ ਕੇ ਭਾਰਤ ਪਾਕਿਸਤਾਨ 'ਚ ਦਹਿਸ਼ਤਗਰਦੀ ਕਰ ਰਿਹਾ ਅਸੀਂ ਤਾਂ ਉਹਨਾਂ ਦੇ ਇਲਜ਼ਾਮਾਤ ਹੀ ਰੱਦ ਕਰ ਰਹੇ ਨਾ ਪਾਕਿਸਤਾਨ ਕੁਛ ਨਹੀਂ ਕਰਦਾ ਭਾਰਤ ਕੁਛ ਨਹੀਂ ਕਰਦਾ ਇਹ ਤਾਂ ਸਬੂਤ ਨੇ ਜੀ ਕਿ ਇਹ ਇਸ ਤਰ੍ਹਾਂ ਬੰਦੇ ਭੇਜੇ ਨੇ ਔਰ ਇੰਡੀਅਨ ਜਿਹੜੀ ਖੁਫੀਆ ਏਜੰਸੀ ਹੈ ਰੋ ਇੰਟੈਲੀਜੈਂਸ ਦੀ ਉਹਦਾ ਅਹੁਦੇਦਾਰ ਹੈ ਗੁਲਬਸ਼ਨ ਯਾਦਵ ਉਹ ਸਾਡੇ ਕੈਦ ਵਿੱਚ ਹੈ ਜੀ 2 ਤੋਂ ਜ਼ਿਆਦਾ ਹੋ ਗਏ ਨੇ ਔਰ ਦਹਿਸ਼ਤਗਰਦੀ ਤੇ ਭਾਰਤ ਪਾਕਿਸਤਾਨ ਵਿੱਚ ਕਰ ਰਿਹਾ ਬਿਲਕੁਲ ਇਹ ਸਾਰੀ ਦੁਨੀਆ ਨੂੰ ਮਾਲੂਮ ਹੈ ਔਰ ਭਾਰਤ ਇੱਕ ਕੇਸ ਲੈ ਕੇ ਆਲਮੀ ਅਦਾਲਤ ਹੈਗ ਵਿੱਚ ਹੋਲੈਂਡ 'ਚ ਹੈ ਜਿਹੜੀ ਅਦਾਲਤ ਉੱਥੇ ਲੈ ਕੇ ਗਿਆ ਹੈ ਪਾਕਿਸਤਾਨ ਨੇ ਆਪਣਾ ਕੇਸ ਪ੍ਰੈਜੈਂਟ ਕੀਤਾ ਫਰਵਰੀ 'ਚ ਉੱਥੇ ਹੈ ਅਤੇ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਭਾਰਤ ਕਰ ਰਿਹਾ ਸਹੀ ਔਰ ਅਸੀਂ ਤਾਂ ਅਖਲਾਕੀ ਔਰ ਸਫਾਰਤੀ ਮਦਦ ਕਰ ਰਹੇ ਹਾਂ ਕਸ਼ਮੀਰੀ ਭਾਈਆਂ ਦੀ ਉਹ ਤਾਂ ਆਪਣਾ ਹੱਕ ਉਦਾਦਤ ਮੰਗਦੇ ਹੋ ਕਹਿੰਦੇ ਚਾਹੇ ਸਾਨੂੰ ਆਜ਼ਾਦੀ ਚਾਹੀਏ ਜਾਂ ਕੁਝ ਚਾਹੀਏ ਇਹ ਉਹ ਖੁਦ ਫੈਸਲਾ ਕਰੇ ਸਰ ਇਹ ਤਾਂ ਹੁਣ ਪੂਰੀ ਅਕਵਾਮ ਆਲਮ ਦਾ ਇੱਕ ਮਸਲਾ ਹੈਗਾ ਨਾ ਕਿ ਜਿਹਨਾਂ ਨੇ ਇੱਕ ਚੀਜ਼ ਰਿਕਮੈਂਡ ਕਰ ਦਿੱਤੀ ਕਿ ਇਹ ਚੀਜ਼ ਆਜ਼ਾਦੀ ਆ ਔਰ ਇਹ ਚੀਜ਼ ਜਿਹੜੀ ਹੈ ਦਹਿਸ਼ਤਗਰਦੀ ਆ ਲੇਕਿਨ ਮਕਬੂਜ਼ਾ ਕਸ਼ਮੀਰ ਦੀ ਜਿਹੜੀ ਆਜ਼ਾਦੀ ਦੀ ਤਹਿਰੀਕ ਆ ਭਾਰਤ ਉਹਨੂੰ ਦਹਿਸ਼ਤਗਰਦੀ ਦੇ ਨਾਲ ਨਤੀ ਕਰ ਰਿਹਾ ਵਾ ਜਿਹੜਾ ਕਿ ਕਤਈ ਤੌਰ 'ਤੇ ਕੋਈ ਕਿਸੇ ਸੂਰਤ 'ਚ ਵੀ ਕਾਬਲੇ ਕਬੂਲ ਨਹੀਂ ਆਉਣ ਵਾਲੇ ਦਿਨਾਂ ਯਕੀਨਨ ਮਸਲਾ ਕਸ਼ਮੀਰ ਦੇ ਹੱਲ ਵਾਸਤੇ ਜਿਹੜੀਆਂ ਕੋਈ ਫਰੂਟਫੁੱਲ ਕੋਸ਼ਿਸ਼ਾਂ ਹੋਣਗੀਆਂ ਔਰ ਅਸੀਂ ਦੇਖਾਂਗੇ ਕਿ ਕਸ਼ਮੀਰੀ ਜਿਹੜੇ ਆਜ਼ਾਦੀ ਦੇ ਨਾਲ ਆਪਣੀ ਪਾਕਿਸਤਾਨ ਦੇ ਵਿੱਚ ਸ਼ਾਮਿਲ ਹੋਣਗੇ ਜਿਸ ਤਰ੍ਹਾਂ ਉਹ ਰੋਜ਼ ਨਾਰੇ ਲਾਉਂਦੇ ਨੇ ਜਿਸ ਤਰ੍ਹਾਂ ਉਹ ਰੋਜ਼ ਜਲੂਸ ਕੱਢਦੇ ਨੇ ਪਾਕਿਸਤਾਨ ਦੇ ਹੱਕ ਵਿੱਚ ਜਿਸ ਤਰ੍ਹਾਂ ਉਹ ਭਾਰਤ ਦੇ ਖਿਲਾਫ ਜਿਸ ਤਰ੍ਹਾਂ ਜਲੂਸ ਕੱਢਦੇ ਨੇ ਡੈਫੀਨੇਟਲੀ ਉਹ ਪਾਕਿਸਤਾਨ ਦਾ ਹਿੱਸਾ ਹੋਣਗੇ ਵਸੀ ਖਾਨ ਸਾਹਿਬ ਇੱਕ ਦਫ਼ਾ ਫਿਰ ਆਪਕੀ ਤਰਫ ਆਤਾ ਹੂੰ ਕਿ ਆਇਲ ਇੰਡਸਟਰੀ ਮੇਂ ਇਸ ਵਕਤ ਜੋ ਮਿਸਾਇਲ ਹੈ ਇਸਕੇ ਪਾਕਿਸਤਾਨ ਕੀ ਓਵਰਆਲ ਇਕਾਨਮੀ ਪੇ ਕਿਆ ਇੰਪੈਕਟਸ ਪੜ ਰਹੇ ਹੈ ਜੈਸੇ ਮੈਨੇ ਪਹਿਲੇ ਵੀ ਅਰਜ਼ ਕੀਆ ਥਾ ਕਿ ਇਹ ਬਹੁਤ ਅਹਿਮ ਹੈ ਕਿ ਆਇਲ ਇੰਡਸਟਰੀ ਤਰੱਕੀ ਕਰੇ ਅਗਰ ਆਪ ਮੁਲਕ ਕੀ ਤਰੱਕੀ ਚਾਹਤੇ ਹੈ ਸਹੀ ਤਮਾਮ ਸਨਅਤੇ ਤਮਾਮ ਸਰਵਿਸਿਜ਼ ਮੁਲਕ ਕੇ ਤਮਾਮ ਇਦਾਰੇ ਜੋ ਮੁਲਕ ਕੀ ਤਰੱਕੀ ਮੇਂ ਮਾਵਿਨ ਹੋਤੇ ਹੈ ਜ਼ਰੂਰੀ ਹੋਤੇ ਹੈ ਉਹ ਆਇਲ ਜਾਂ ਗੈਸ ਕੇ ਬਗੈਰ ਨਹੀਂ ਚਲਤੇ ਓਵਰਆਲ ਹਾਈਡਰੋਜਨ ਐਨਰਜੀ ਇਸਕੀ ਰਿਕੁਆਇਰਮੈਂਟ ਹੋਤੀ ਹੈ ਤੋ ਇਹ ਤੋ ਵੋ ਤਮਾਮ ਹਾਲਾਤ ਪੈਦਾ ਕਰਨੇ ਪੜੇਂਗੇ ਮੁਲਕ ਮੇਂ ਹਕੂਮਤੋਂ ਕੋ ਇਦਾਰੋਂ ਕੋ ਔਰ ਕਾਰਪੋਰੇਟਸ ਕੋ ਔਰ ਇਨਵੈਸਟਰਸ ਕੋ ਜਿਸ ਸੇ ਇਸ ਮੁਲਕ ਮੇਂ ਜ਼ਿਆਦਾ ਸੇ ਜ਼ਿਆਦਾ ਐਨਰਜੀ ਮੇਂ ਤਰੱਕੀ ਹੋ ਖਾਸ ਤੌਰ ਪਰ ਆਇਲ ਔਰ ਗੈਸ ਮੇਂ ਠੀਕ ਹੈ ਔਰ ਇਸ ਸਿਲਸਿਲੇ ਮੇਂ ਆਇਲ ਰਿਫਾਈਨਰੀਜ਼ ਬੇਹੱਦ ਜ਼ਰੂਰੀ ਹੈ ਹਮਾਰੇ ਮੁਲਕ ਮੇਂ ਜੋ ਇਸ ਵਕਤ ਆਇਲ ਰਿਫਾਈਨਰੀਜ਼ ਹੈ ਵੋ ਹਮਾਰੇ ਮੁਲਕ ਕੀ ਜ਼ਰੂਰਤ ਕਾ ਕੋਈ 35-40% ਹੀ ਪ੍ਰੋਸੈਸ ਕਰਤੇ ਹੈ ਸਾਫ਼ ਕਰਤੇ ਹੈ ਬਾਕੀ ਸਾਰਾ ਇੰਪੋਰਟ ਹੋਤਾ ਹੈ ਇਸ ਲਈ ਇਹ ਜ਼ਰੂਰੀ ਹੈ ਔਰ ਆਗੇ ਆਨੇ ਵਾਲੀ ਜੋ ਗਰੋਥ ਹੈ ਵੀ ਇਸ ਵਕਤ ਹਮ ਤਕਰੀਬਨ ਕੋਈ 20-22 ਮਿਲੀਅਨ ਟਨ ਕੰਜ਼ਿਊਮ ਕਰ ਰਹੇ ਹੈ ਜਿਸ ਮੇਂ ਸੇ ਕੋਈ 10-12 ਮਿਲੀਅਨ ਟਨ ਲੋਕਲੀ ਰਿਫਾਈਨ ਹੋ ਜਾਤਾ ਹੈ ਔਰ ਇਹ ਐਕਸਪੈਕਟ ਕੀਆ ਜਾ ਰਿਹਾ ਹੈ ਕਿ ਅਗਰ ਇਹ ਜੀ ਡੀ ਪੀ ਗਰੋਥ ਰਹੇ ਜਿਸ ਪਰ ਐਸਟੀਮੇਟ ਕੀਆ ਗਿਆ ਹੈ ਤੋ ਔਰ ਸੀ ਪੈਕ ਕੋ ਵੀ ਹਮ ਸਾਥ ਸ਼ਾਮਿਲ ਕਰੇ ਤੋ ਜੋ ਸੀ ਪੈਕ ਕੀ ਵਜ੍ਹਾ ਸੇ ਐਡੀਸ਼ਨਲ ਡਿਮਾਂਡ ਆਏਗੀ ਤੋ ਵੋ 2040 ਮੇਂ
वो एक्सपेक्टेड है कि वो 50 मिलियन टन पे पहुंच जाएगी। तो उस लिहाज से जो हमारी टोटल रिफाइनिंग कैपेसिटी है वो तो फिर कुल 20% रह जाएगी। सही। इसलिए ये बहुत ज़रूरी है कि मुल्क में कम अज़ कम 2 और अगर मुमकिन हो तो 3 ऑयल रिफाइनरीज ऐड की जाएँ, और उस सिलसिले में जो सबसे बेहतरीन जगह है, क्योंकि हमारे पास डीप सी पोर्ट्स हैं, डीप सी लोकेशंस हैं जहाँ पे हम काफ़ी बड़े क्रूड ऑयल के जहाज़ ला सकते हैं, जो कि बेहद ज़रूरी है अगर आपकी ऑयल रिफाइनरीज इम्पोर्टेड क्रूड ऑयल पे। सही। तो ये जो बलूचिस्तान का कोस्टल एरिया है, ठीक है, बहुत वाइड है और बेहतरीन लोकेशन है सही, जहाँ पर आप ऑयल रिफाइनरीज कायम कर सकते हैं, ठीक है, और वहाँ से मुल्क की ज़रूरियात के लिए भी, हाँ, और अगर कुछ फाजल पैदा हो जाए तो वो उसको एक्सपोर्ट। ठीक। अच्छा ये बताइएगा, ये जो अभी हमारे इस वक्त एक कॉमन सी एक चीज़ है कि हमारे यहाँ ट्रेड डेफिसिट बहुत ज़्यादा है, इम्पोर्ट और एक्सपोर्ट का जो डेफिसिट है वो बहुत ज़्यादा है, हम उसको कैसे कम कर सकते हैं? क्या पाकिस्तान में मज़ीद ऑयल एक्सप्लोर हो सकता है, मिल सकता है, ये मौजूद है, उसको कैसे निकाला जाए ताकि वो पाकिस्तान की इकोनॉमी, हमारा वो जो एक है कि हम जो बजट बाहर जाता है, जो ज़र मुबादला बाहर जाता है इन चीज़ों की कीमतों की मद में, तो उसको बचा सके कि पाकिस्तान से ये चीज़ दस्तियाब हो जाए? जी देखें, इस वक्त मुल्क तकरीबन कोई 1 लाख बैरल प्रोड्यूस कर रहा है, जिसमें क्रूड ऑयल भी है और कॉन्डेंसेट्स भी हैं, ठीक है, और ये कॉन्डेंसेट्स जनरली निकलते हैं नेचुरल गैस की फील्ड से, ठीक है। तो नेचुरल गैस भी जब निकलती है तो उसके लिए ज़रूरी होता है कि कॉन्डेंसेट निकाला जाए और वो फिर उसको रिफाइनरी यहीं प्रोसेस, बिल्कुल ठीक है। 1 लाख बैरल इस वक्त आपकी ज़रूरत का तकरीबन कोई 10-15% है, ठीक है, विच इज़ बहुत कम है। हाँ जी। और जाहिर है कि अगर आप अपने यहाँ एक्सप्लोरेशन को बढ़ाएं, और ना सिर्फ ये कि आप ऑन शोर करें यानी ज़मीनी इलाकों में जी करें, जी, आप ऑफ शोर यानी समंदर में जी जी तेल की तलाश सही ज़्यादा तरीके करें, ये कभी इम्कान है कि पाकिस्तान की सरजमीन में बहुत ऑयल और नेचुरल गैस के ज़खायर मौजूद हैं, क्योंकि इसकी सराउंडिंग में आप देख रहे हैं जहाँ जहाँ तलाश किया गया है और सीरियसली तलाश किया गया है उन्हें वो दस्तियाब हुआ है। बिल्कुल सही। सबसे अच्छी बात ये कि पाकिस्तान में अभी तक ऑयल की तलाश का जो सक्सेस रेट है वो बहुत अच्छा है। सही। यानी जितने कुएं हम खोदते हैं, खोद पाते हैं, उससे जो ऑयल की दरियाफ्त होती है वो दूसरे ममालिक के मुकाबले में बेहतर है। हमें कम इन्वेस्टमेंट करके हमें ऑयल मिल जाता है। ज़रूरत इस अमर की है कि इस ज़मीन में ज़्यादा से ज़्यादा इन्वेस्टमेंट की जाए, और गालिब इम्कान है कि हमें यहाँ से ऑयल और नेचुरल गैस के ज़खायर मिल जाएंगे। एक दफ़ा अगर हमने किसी बड़े ज़खीरे को टैप कर लिया या वहाँ से हमने निकाल लिया, तो ये फिर आपका जो ट्रेड डेफिसिट है या करंट अकाउंट, ये बिल्कुल ख़त्म हो जाएगा। क्योंकि इस वक्त जो बहुत बड़ा कंपोनेंट है जो आपकी इम्पोर्ट का, वो एनर्जी प्रोडक्ट्स ही हैं, ठीक है, ऑयल सबसे बड़ा। सही। फारूक साहब, तुसी किस तरह देख रहे हो पाकिस्तान की इस वक्त जो ऑयल इंडस्ट्री है वो की सूरत हाल हैगी है? जिस तरह वसी खान साहब ने दसिया कि ये सानू हुण जरूरत इस समर की हैगी कि असी जरा अपनी जड़े एक्सप्लोरेशन जी है उन्होंने ज़्यादा करिए। पाकिस्तान जो अगर कोई ऑयल का नवा जखीरा मिलता है या गैस का, उस पाकिस्तान की एक तो एनर्जी मिसाइल जोड़े उन्होंने काबू पाने मदद मिलेगी, और दूसरा पाकिस्तान का जो ट्रेड डेफिसिट है कमी आएगी, बारे की फरमाओगे? शुक्रिया मियाँ साहब। देखो सब तो पहली गल कि माली साल पाकिस्तान शुरू होता है जुलाई के महीने, जून तक चलता है, जुलाई तो नवंबर इस साल मौजूदा माली साल 2018-19 महीने 2 अरब डॉलर तो थोड़ा ज्यादा पाकिस्तान ने तेल की मसरूआत इम्पोर्ट की, ठीक है। दूसरे वे के साड़ा जड़ा है इंपोर्ट करन डाले सी मुल्क है जी, ते आलमी मंडी कीमतों के हिसाब नाल होंदा जी सर। पाकिस्तान में हर महीने हुकूमत पाकिस्तान महीना खत्म होने तो एक दिन पहले रेट अनाउंस कर दी है, ए महीने सही रेट हो रहा है। और जड़ा आलमी मंडी के हिसाब नाल जड़ा ओपेक सऊदी अरब और रूस ने ये एग्रीमेंट साइन किया है इस महीने के शुरू में कि कट करेंगे प्राइसेस, तेल प्रोडक्शन, तेल निकालना कट, ठीक हो गया। मार्केट बहुत ज्यादा तेल है, आर्मी मार्केट बहुत ज्यादा तेल है, सही ग्लट हो गया, तो सप्लाई कट करो ताकि कीमत वधन, उन्हें प्रॉफिट नहीं है जी। सीधी साधी गल है, इससे कोई एक्सपर्ट ओपिनियन तो चाहिए नहीं। और जी ये कि अमेरिका भी है, उसके कोल भी है, वो भी डाल देता तेल आर्मी मार्केट,
ਹੁਣ ਇਸ ਵੇਲੇ ਬ੍ਰੈਂਟ ਆਇਲ ਔਰ ਦੂਸਰੇ ਆਇਲ ਦੀ ਕੀਮਤ ਥੱਲੇ ਆ, ਇਹ ਫਲਕਚੁਏਸ਼ਨ ਮਾਰਕੀਟ ਤੈਅ ਹੁੰਦਾ ਜੀ ਇਸ ਹਿਸਾਬ ਦੇ ਨਾਲ। ਸਾਨੂੰ ਕੀ ਕਰਨਾ ਚਾਹੀਦਾ ਹੈ ਜੀ, ਸਾਨੂੰ ਤਾਂ ਸਭ ਤੋਂ ਪਹਿਲੇ ਕਰਨਾ ਚਾਹੀਦਾ ਹੈ ਜੀ ਗੈਸ, ਸਭ ਤੋਂ ਸਸਤੀ ਹੈ ਜੀ। ਖਰੀਦਾਰੀ ਕੋਈ ਨੀ, ਗੈਸ ਸਭ ਤੋਂ ਜ਼ਿਆਦਾ ਜੋ ਸਭ ਤੋਂ ਸਸਤੀ ਹੈ ਜੀ। ਹੁਣ ਸਾਡੇ ਸੁਣੇ ਅਸੀਂ ਜੀ ਇਹ ਟੈਲੀਵਿਜ਼ਨ ਚੈਨਲ ਦੇ ਉੱਤੇ ਕਿ ਵਜ਼ੀਰ ਖਜ਼ਾਨਾ ਸਾਹਿਬ ਨੇ ਕਤਰ ਦੀ ਹਕੂਮਤ ਨਾਲ ਕੀਤੀ, ਉਹ ਇਸ ਵੇਲੇ ਐਕਸਪੋਰਟ ਦੇ ਲਿਹਾਜ਼ ਨਾਲ, ਇਰਾਨ ਤੇ ਦੀ ਪਾਬੰਦੀਆਂ ਨੇ ਨਾ, ਐਕਸਪੋਰਟ ਦੇ ਲਿਹਾਜ਼ ਨਾਲ ਗੈਸ ਤੋਂ ਨੰਬਰ ਵਨ ਹੈ ਦੁਨੀਆ 'ਚ। ਸਹੀ, ਤੇ ਅਗਰ ਕੋਈ ਤਾਲੁਕਾਤ ਅੱਛੇ ਹੋ ਗਏ ਨੇ, ਉਹਨਾਂ ਨੇ ਤਾਂ ਇਹ ਵੀ ਕਿਹਾ 1 ਲੱਖ ਪਾਕਿਸਤਾਨੀ ਵਰਕਰ ਲਿਆਵਾਂਗੇ ਜੀ, ਜਿਹੜੇ ਤੁਸੀਂ ਸਾਊਦੀ ਅਰਬ ਕਹਿ ਦਿਓ, ਕਤਰ ਵੀ ਮੁਸਲਮਾਨ ਅਹਿਲਨ ਵਸਹਿਲਨ, ਉਹਦੇ ਨਾਲ ਵੀ ਸਲਾਮ ਦੁਆ ਕਰਕੇ, ਕਿਉਂਕਿ 1 ਲੱਖ ਪਾਕਿਸਤਾਨੀ ਉਹ ਤਿਆਰ ਨੇ ਕਿ ਅਸੀਂ ਲੈਣ ਵਾਸਤੇ, ਹੋਰ ਸਾਡੇ ਨਾਲ ਗੱਲਬਾਤ ਕਰੋ, ਕਾਰੋਬਾਰ ਹੱਥ ਮਿਲਾਓ ਤੇ ਸਹੀ ਸਾਡੇ ਨਾਲ, ਉਹਨਾਂ ਦੇ ਆਪਸ ਵਿੱਚ ਉਹ ਸਾਡਾ ਕੋਈ ਤਾਲੁਕ ਨਹੀਂ, ਉਹ ਜਾਣਨ ਸਾਊਦੀ ਅਰਬ ਜਾਣ, ਉਹ ਸਾਡਾ ਕੋਈ ਤਾਲੁਕ ਨਹੀਂ। ਅਗਰ ਉਹ ਪਾਕਿਸਤਾਨ ਦੀ ਮਦਦ ਕਰਨਾ ਚਾਹੁੰਦੇ ਨੇ ਤੇ ਅਗਰ ਅਸੀਂ ਉੱਥੋਂ ਪਹਿਲੇ ਲੈ ਆ ਜੀ, ਅਸੀਂ ਐਲ ਐਨ ਜੀ ਉੱਥੋਂ ਵੀ, ਅਗਰ ਉਹ ਸਸਤੀ ਕੀਮਤ 'ਚ ਸਾਨੂੰ ਮਿਲ ਦੇ ਦੇਣ, ਇੰਨੀ ਦੂਰ ਵੀ ਨਹੀਂ ਹੈ ਜੀ ਕਤਰ, ਕੋਈ ਸਮੁੰਦਰੀ ਰਸਤਾ ਵੀ ਜ਼ਿਆਦਾ ਨਹੀਂ ਹੋਏਗਾ, ਕੋਸਟ ਐਂਡ ਫਰੇਟ ਜਿਹੜੀ ਹੁੰਦੀ ਹੈ ਜੀ ਉਹ ਵੀ ਨਹੀਂ ਹੋਏਗੀ, ਵਕਤੀ ਤੌਰ ਤੇ ਤੇ ਹੋ ਸਕਦਾ ਨਾ ਸਾਡੇ ਵਾਸਤੇ, ਯਾਨੀ ਸ਼ਾਰਟ ਟਰਮ ਮਨਸੂਬੇ ਵਾਸਤੇ, ਮਨਸੂਬੇ ਵਾਸਤੇ ਸਾਨੂੰ ਬਾਕੀ ਤਵੱਜੋ ਜਿਹੜੀ ਹੈ ਨਾ ਜੀ, ਉਹ ਜਿਸ ਤਰ੍ਹਾਂ ਪੰਜਾਬ ਵਿੱਚ ਛੋਟੇ ਛੋਟੇ ਨਿਕਲਦੇ ਨੇ ਗੈਸ ਦੇ ਡਿਪੋਜ਼ਿਟਸ, ਵੱਡੇ ਆਲਾ ਨਹੀਂ ਨਿਕਲਦਾ। ਸਹੀ, ਨਹੀਂ ਉਹ ਕਿਹਾ ਜਾ ਰਿਹਾ ਨਾ ਸੰਬੰਧਨ ਵਿੱਚ ਹੋਏਗਾ, ਉਹ ਫਿਰ ਰਿਪੋਰਟ ਆਏਗੀ, ਇੱਕ ਸਾਲ ਪਹਿਲੇ ਤੋਂ ਕਿਹਾ ਜਾ ਰਿਹਾ ਕਿ ਕਰਕਸ ਜਿਹੜਾ ਹੈ ਬਹੁਤ ਵੱਡਾ ਜ਼ਖੀਰਾ ਬਰਾਮ ਹੋਇਆ ਵਾ, ਦਸਤਿਆਬ ਹੋਇਆ ਵਾ, ਔਰ ਉਹਨੂੰ ਸ਼ਾਇਦ ਕੱਢਣੇ ਦੀ ਪਲੈਨਿੰਗ ਵੀ ਚੱਲ ਰਹੀ ਹੈ, ਉਹਦੇ ਤੇ ਕੰਮ ਵੀ ਹੋ ਰਿਹਾ ਵਾ। ਡੈਫੀਨਟਲੀ ਪਾਕਿਸਤਾਨ ਦੇ ਜਿਹੜੇ ਗੈਸ ਦੇ ਮਸਾਇਲ ਹੈਗੇ ਨੇ, ਸੋਈ ਗੈਸ ਦੇ ਮਸਾਇਲ ਲੋਕਾਂ ਨੂੰ ਮਿਲਣ ਨਾ, ਦੇਖੋ ਜੀ ਇੰਡਸਟਰੀ ਨੂੰ ਅਗਰ ਸਸਤਾ ਮਿਲੇਗਾ એનર્ਜੀ, ਪਾਕਿਸਤਾਨ ਦੇ ਵਿੱਚ ਜਿਹੜੇ ਐਨਰਜੀ ਦੇ ਮਸਾਇਲ ਆ ਉਹਨਾਂ ਤੇ ਕਾਬੂ ਪਾਉਣ ਵਾਸਤੇ ਜਿਸ ਤਰ੍ਹਾਂ ਵਸੀ ਸਾਹਿਬ ਨੇ ਕਿਹਾ ਕਿ ਸਾਨੂੰ ਮਜ਼ੀਦ ਐਕਸਪਲੋਰੇਸ਼ਨ ਕਰਨੀ ਪਏਗੀ, ਤੁਸੀਂ ਕੀ ਫਰਮਾਓਗੇ ਕਿ ਸਾਡੇ ਮੁਲਕ 'ਚ ਜਿਹੜੇ ਮਸਾਇਲ ਹੈਗੇ ਨੇ ਉਹ ਐਨਰਜੀ ਕ੍ਰਾਈਸਿਸ ਹੋਣ, ਪੈਟਰੋਲੀਅਮ ਮਸਨੂਆਤ ਦਾ ਇਸ਼ੂ ਹੋਵੇ, ਜਾਂ ਵਟ ਐਵਰ, ਸੋ ਕਿ ਸਾਡੀ ਇੰਡਸਟਰੀ ਜਿਹੜੀ ਪਿੱਛੇ ਜਾ ਰਹੀ ਹੈ ਉਹਨੂੰ ਬਿਹਤਰ ਕਰਨ ਵਾਸਤੇ ਸਾਨੂੰ ਕਿਹੜੇ ਰਿਸੋਰਸਿਸ ਜਿਹੜੇ ਆ ਉਹ ਜ਼ਿਆਦਾ ਰਿਲਾਇਬਲ ਹੈਗੇ ਸਾਡੇ ਲਈ? ਸਭ ਤੋਂ ਪਹਿਲੇ ਤਾਂ ਹਮੇ ਆਪਣੀ ਗੈਸ ਬਚਾਉਣੀ ਹੈ। ਸਹੀ, ਜਿਸ ਤਰ੍ਹਾਂ ਦੇਖੇ ਕਿ ਜਿਸ ਤਰ੍ਹਾਂ ਹਮ ਆਪਣੀ ਗੈਸ ਡੋਮੈਸਟਿਕ ਮੇਂ ਵੇਸਟ ਕਰਤੇ ਹੈਂ। ਸਹੀ, ਕਿ ਹਮਨੇ ਆਪਣੇ ਆਪਣੇ ਗੀਜ਼ਰ ਲਗਾਏ ਹੋਏ ਸਾਰੇ ਗਰਮੀ ਮੇਂ 24-365 ਦਿਨ ਚੱਲ ਰਹੇ ਹੈ। ਸਹੀ, ਇਸਕੋ ਹਮੇ ਸੇਵ ਕਰਨੀ ਹੈ, ਔਰ ਹਮੇ ਆਲਮੋਸਟ ਹਮੇ ਸੋਲਰ ਪਾਰਕ ਲਗਾਉਣੇ ਚਾਹੀਏ। ਸਹੀ, ਜਿਸ ਤਰ੍ਹਾਂ ਆਪ ਚਾਹੇ ਦੁਨੀਆ ਕੇ ਅੰਦਰ ਆਪ ਜਾਏਂਗੇ ਤੋ ਦੁਨੀਆ ਕੋ ਆਪ ਵਿਜ਼ਿਟ ਕਰੇਂ, US ਤੱਕ ਕੋ ਜਾ ਕੇ ਵਿਜ਼ਿਟ ਕਰੇਂ, ਆਪ ਚਾਈਨਾ ਵਿਜ਼ਿਟ ਕਰੇਂ, ਹਰ ਇੱਕ ਨੇ ਸੋਲਰ ਪਾਰਕ ਬਣਾਇਆ। ਹਮੇ ਅਭੀ ਤੱਕ ਪਾਕਿਸਤਾਨ ਮੇਂ ਵਰਕਿੰਗ ਹੀ ਨਹੀਂ ਕੀਤੀ ਸੋਲਰ ਪਾਰਕ ਪੇ, ਈਵਨ ਹਮ ਆਪਣਾ ਵਿੰਡ ਪਾਵਰ ਪੇ ਵੀ ਜਾਏਂ। ਸਹੀ, ਜਬ ਤੱਕ ਇਸ ਚੀਜ਼ੋਂ ਪੇ ਨਹੀਂ ਜਾਏਂਗੇ ਤੋ ਹਮ ਐਨਰਜੀ ਕੈਸੇ ਸੇਵ ਕਰੇਂਗੇ, ਹਮ ਐਨਰਜੀ ਕੈਸੇ ਲਾਏਂਗੇ, ਔਰ ਹਮਾਰੀ ਕੋਸਟ ਆਫ ਪ੍ਰੋਡਕਸ਼ਨ ਬੜਤੀ ਜਾ ਰਹੀ ਹੈ। ਇਸਕੋ ਹਮੇ ਕੋਸਟ ਆਫ ਪ੍ਰੋਡਕਸ਼ਨ ਕਰਟੇਲ ਕਰਨੇ ਕੇ ਲੀਏ, ਔਰ ਹਮੇ ਐਕਸਪੋਰਟ ਬੜਾਨੇ ਕੇ ਲੀਏ ਹਮੇ ਟੈਕਸਟਾਈਲ ਪੇ ਬੇਸ ਨਹੀਂ ਕਰਨਾ, ਹਮੇ ਇੰਜੀਨੀਅਰਿੰਗ ਸੈਕਟਰ, ਸੋਲਰ ਪ੍ਰੋਡਕਟਸ, ਔਰ ਹਮੇ ਹਲਾਲ ਪ੍ਰੋਡਕਟ ਜੋ ਆ ਰਹੀ ਹੈ, ਜਿਸ ਤਰ੍ਹਾਂ ਆਪ ਰੀਸੈਂਟਲੀ ਦੇਖੇਂਗੇ ਥਾਈਲੈਂਡ ਨੇ ਲਾਸਟ ਇਸੀ ਵੀਕ ਇੱਕ ਬਹੁਤ ਬੜੀ ਕਾਨਫਰੰਸ ਕੀ ਹੈ। ਥਾਈਲੈਂਡ ਇੱਕ ਇਸਲਾਮਿਕ ਮੁਲਕ ਨਹੀਂ ਹੈ, ਠੀਕ ਹੈ ਜੀ, ਥਾਈਲੈਂਡ ਇੱਕ ਬੁੱਧਿਸ਼ ਮੁਲਕ ਹੈ, ਲੇਕਿਨ ਉਹ ਆਪਣਾ ਹਲਾਲ ਪ੍ਰੋਡਕਟਸ ਕੋ ਇਤਨੀ ਪ੍ਰੋਜੈਕਸ਼ਨ ਦੇ ਰਿਹਾ, ਔਰ ਆਪਣੀ ਹਲਾਲ ਪ੍ਰੋਡਕਟ ਐਕਸਪੋਰਟ ਕਰ ਰਿਹਾ ਆਲ ਓਵਰ ਦਾ ਵਰਲਡ, ਆਲ ਓਵਰ ਦਾ ਇਸਲਾਮਿਕ ਕੰਟਰੀ। ਹਮ ਇੱਕ ਮੁਸਲਮਾਨ ਮੁਲਕ ਹੋਣੇ ਕੇ ਨਾਤੇ ਹਮ ਹਲਾਲ ਪ੍ਰੋਡਕਟ ਐਕਸਪੋਰਟ ਹੀ ਨਹੀਂ ਕਰ ਰਹੇ, ਤੋ ਹਮੇ ਇਸ ਪੇ ਵੀ ਵਰਕਿੰਗ ਕਰਨੀ ਚਾਹੀਏ। ਇਸ ਪੇ ਮੈਂ ਹਮਾਰੇ ਜਿਤਨੇ ਟ੍ਰੇਡ ਮਿਸ਼ਨਸ ਹੈ ਔਰ ਕਾਨਫਰੰਸ ਹੋਣੀ ਚਾਹੀਏ, ਔਰ ਹਮੇ ਉਸਕਾ ਹਲਾਲ ਪ੍ਰੋਡਕਟ ਕੀ ਐਜ ਅਕੋਰਡਿੰਗ ਟੂ ਇਸਲਾਮਿਕ ਰਿਲੀਜੀਅਸ, ਉਸ ਹਿਸਾਬ ਸੇ ਹਮ ਇਸਕੀ ਆਪਣਾ ਦਬਾ ਖਾਨੇ ਸਹੀ ਕਰੇਂ, ਹਾਈਜੀਨਿਕ ਵੇ ਹੋ, ਤੋ ਹਮ ਬਹੁਤ ਐਕਸਪੋਰਟ ਕਰ ਸਕਤੇ ਹੈ। ਆਪ ਦੇਖੇ ਹਮਾਰੇ ਪਾਸ ਇਤਨਾ ਕੁਸ਼ਨ ਹੈ, ਈਵਨ ਫਰੈਸ਼ ਫਰੂਟ ਕੇ ਐਕਸਪੋਰਟ ਕੇ ਅੰਦਰ, ਹਮ ਆਪਣਾ ਚਾਈਨਾ ਸੇ ਬਿਲਕੁਲ ਕਹਿ ਸਕਤੇ ਹੈ ਹਮਸੇ ਫਰੈਸ਼ ਫਰੂਟ ਲੇ, ਉਹ ਕਿਉਂ ਇੰਡੀਆ ਸੇ ਬਾਏ ਕਰਤਾ ਹੈ, ਉਹ ਕਿਉਂ ਵੀਅਤਨਾਮ ਸੇ ਬਾਏ ਕਰਤਾ ਹੈ, ਉਹ ਹਮਸੇ ਬਾਏ ਕਰੇ। ਆਪ ਦੇਖੇ ਕਿ ਈਵਨ ਵੀਅਤਨਾਮ ਬਫੇਲੋ ਕਾ ਮੀਟ ਆਪਣਾ ਇੰਡੀਆ ਸੇ ਬਾਏ ਕਰ ਰਿਹਾ ਹੈ, ਬਫੇਲੋ ਹਮ ਕਹਿਤੇ ਹੈ ਇਸਕੀ ਆਪਕੇ ਬੈਂਸ ਕਾ, ਤੋ ਹਮ ਐਕਸਪੋਰਟ ਕਰ ਸਕਤੇ ਹੈ, ਲੇਕਿਨ ਹਮਨੇ ਉਸ ਪੇ ਵਰਕਿੰਗ ਨਹੀਂ ਕੀ। ਡੇਰੀ ਪ੍ਰੋਡਕਟ ਵੀਅਤਨਾਮ ਹੋ ਗਿਆ ਸਰ, ਪੂਰਾ ਸੈਂਟਰਲ ਏਸ਼ੀਆ ਜੋ ਹੈ ਉਹ ਸਾਰੇ ਕਾ ਸਾਰਾ ਯਹੀ ਬੈਫਲੋ ਮੀਟ ਪੇ ਯੂਜ਼ ਕਰ ਰਿਹਾ ਹੈ, ਔਰ ਉਹ ਸਾਰੇ ਕਾ ਸਾਰਾ ਜੋ ਇੰਡੀਆ ਸੇ ਜਾ ਰਹਾ ਹੈ ਇੱਕ ਦੀਗਰ ਮਮਾਲਿਕ ਸੇ ਜਾ ਰਹਾ ਹੈ। ਰੀਜ਼ਨਸ ਯੇ ਹੈ ਕਿ ਮੈਨੇ ਆਪਕੋ ਪਹਿਲੇ ਕਹਾ ਕਿ ਹਮਾਰੇ ਯਹਾਂ ਇੱਕ
अनऑर्गेनाइज सेक्टर में सब कुछ है, हमें एक ऑर्गेनाइज सेक्टर में जब हम काम करेंगे और इसकी हाइजीनिक जो भी चीजें होंगी, हाइजीनिक पैकिंग, हाइजीनिक वे ऑफ कटिंग और हलाल तरीके से काटेंगे, तो हमें नेचुरली अब क्लाइंट आएगा क्योंकि हमारे मीट बहुत सस्ता है कंपेयर टू अदर्स। सही वसी खान साहब, आपकी तरफ आ रहा हूँ कि हालिया दिनों में, कुछ दिनों में गैस की बंदिश का मसला हुआ, गैस का बहरान पैदा हुआ, फिर उसके बाद सीएनजी सेक्टर जो है हमारा एक बहुत वसी सेक्टर बन चुका है कि जी सीएनजी पूरे पाकिस्तान में लग चुके हैं और सीएनजी हमारे पास गाड़ियां सब चल रहा है। कुछ लोग कहते हैं कि जी गाड़ियां जो इवन पब्लिक ट्रांसपोर्ट है वो तो चलते फिरते बम है कि उससे नुकसान हो सकते हैं, बट आम आदमी जो है वो एक आम आदमी जो है वो सीएनजी पे अपनी गाड़ी करवा लेता है और उसको उस पर यूज़ करता है। आप क्या समझते हैं कि पेट्रोलियम मसनूआत में की कीमतों में कमी करके क्या हम सीएनजी या गैस को बचा सकते हैं, और हालिया जो बहरान हुआ था उसका क्या पेट्रोलियम मसनूआत के साथ कोई कनेक्शन है? मैं दोनों बातों का आपके जवाब देता हूं। देखिए, सीएनजी का इस्तेमाल पब्लिक ट्रांसपोर्ट की हद तक तो जायज़ है, ठीक है, क्योंकि उससे पॉल्यूशन फ्री एक ट्रांसपोर्टेशन हो सकती है और मास मूवमेंट होती है, ठीक है, वहाँ की हद तक तो जायज़ है। लेकिन अगर आप उसको चाहते हैं कि वो आम गाड़ियों में वो इस्तेमाल हो तो वो उसका ज्यान है। सही। उसकी वजह ये कि लोग उसको इस्तेमाल इस वजह से कर रहे हैं कि नेचुरल गैस इस मुल्क में सब्सिडाइज्ड है, वो उस कीमत पर है ही नहीं जिस कीमत पर होनी चाहिए, जो एनर्जी वैल्यू है या बीटीयू वैल्यू है, इसलिए लोग उसको इस्तेमाल करते हैं और वो एक तरह का ज्यान है। उसका इस्तेमाल दूसरी प्रोडक्टिव इंडस्ट्री में होना चाहिए, पेट्रोकेमिकल में होना चाहिए और पावर जनरेशन में होना चाहिए, जहाँ से मैस आपको एडवांटेज हो, मैसिव एडवांटेज। तो ये तो एक बात। दूसरी बात ये आपने कही कि नेचुरल गैस का कैसे ताल्लुक है, उसकी कमी का किस तरह से उसका ताल्लुक बनता है ऑयल के साथ, तो वो मैं ज़रा दिलचस्प सी बात है, बहुत सारे हमारे लोगों को इल्म नहीं कि जब आप नेचुरल गैस का कुआं कोई खोदते हैं और उससे नेचुरल गैस निकलती है तो उसके साथ ऑयल भी निकलता है। सही। उस ऑयल को कहते हैं कंडेंसेट, ठीक है, वो एक तरह का बहुत ही लाइट क्रूड ऑयल होता है। सही। और इतना बहुत ज़्यादा काला भी नहीं होता बास केसेस में, लेकिन वो होता इसलिए कि उसको ऑयल रिफाइनरियाँ इस्तेमाल करती हैं, तो वो निकलता रहता है साथ साथ नेचुरल गैस के, और जब तक आप उसको निकालते रहें और उसको इस्तेमाल करते रहें तो अब तक तो गैस का वेल जो है वो चलता रहता है। किसी वजह से अगर कंडेंसेट की आगे खपत ख़त्म हो जाए या कम हो जाए तो नतीजतन वो वेल बंद हो जाता है। ठीक है। जब वो वेल बंद होता है तो नेचुरल गैस भी बंद हो जाता डेफिनेटली। अब कंडेंसेट की खपत कैसे कम होती है? कंडेंसेट रिफाइनरियों में जाता है। अगर रिफाइनरियाँ किसी वजह से फर्नेस ऑयल के खपत की मजबूरी की वजह से अपनी प्रोडक्शन लेवल को कम कर दें, अपने थ्रूपुट लेवल को कम कर दें, तो वो फिर ये कंडेंसेट इस्तेमाल नहीं कर सकते, ठीक है, टेक्निकली वो इस्तेमाल नहीं, ठीक है, नतीजतन कंडेंसेट चूंकि रिफाइनरियाँ इस्तेमाल नहीं कर रही होती तो वो फिर होल्ड होना शुरू हो जाता है, ठीक है, और उसका नतीजा गैस वेल के बंदिश की शक्ल में निकलता है, तो उसके नतीजे में गैस की शॉर्टेज हो जाती है। सही। तो ये दोनों चीजें एक दूसरे से लाजम मलजूम है, यानी हमें गैस के बहरान पर काबू पाने के लिए कंडेंसेट जो है वो जरूरी है कि हमारी रिफाइनरियां अपनी इस्तेदाद के मुताबिक चलती रहें, ठीक है, उन पे कोई बंदिश ना आए, और उसके लिए जरूरी है कि उनका तमाम प्रोडक्ट, हाँ जी, चाहे वो पेट्रोल हो, चाहे वो डीजल हो और चाहे फर्नेस ऑयल हो, मुल्क में उसकी खपत लाजमी तौर पर होनी चाहिए। बिल्कुल सही। और ये नहीं होना चाहिए कि हम प्रोडक्ट इम्पोर्ट करते रहे और अपने लोकल प्रोडक्ट को वो इस्तेमाल ना करें। ये जो मुबारक विलेज पे हमारे समंदर में इतना सारा ऑयल आ गया था, ये कैसे आया, और कहा जाता है कुछ किसी कंपनी का, कोई बाइको का शायद नाम लिया जा रहा था कि आ रहा था कि जी उनका ऑयल जो है उनके किसी जहाज से गिरा है, लेकिन बाद में वो साबित भी हो गया कि वो तो कोई इंटरनेशनल सी में किसी ने जहाज ने वो गिराया है और वो जी चलते चलते हमारे यहाँ डेफिनेटली पहुँच गया। तो इस सारे सिनेरियो में क्या क्या फरमाएंगे आप? मैं बहुत अच्छा कि आपने ये सवाल पूछ लिया, लोगों को बड़ी गलत फहमी थी, सोशल मीडिया पे कुछ लोग उसको बड़े बहुत अफसोस होता है मुझे कि वो छूटते ही उन्होंने फौरन कहना शुरू कर दिया कि बाइकों का चूंकि वहाँ पे जहाज लगते हैं और वहाँ से हमारी SPM है, थर्ड एंट्री पॉइंट है मुल्क का, ऑयल वहाँ से इम्पोर्ट होता है क्रूड ऑयल, कि जी ये जिम्मेदार है, इनकी लाइन लीक कर गई है इन्होंने। इसकी जनाब बड़ी तफसीलन इन्वेस्टिगेशन हुई है और नतीजतन अभी कल परसों ही की बात है कि
جو ساحلی علاقوں کے وزیر ہیں علی زیدی صاحب، ہاں، انہوں نے کیٹیگریکلی ٹی وی پر آ کر اعلان کیا کہ یہ ثابت ہو گیا اس انویسٹیگیشن سے کہ یہ آئل ایک کارگو شپ نے جاتے ہوئے وہاں سے پاکستان سے جاتے ہوئے ہماری زمین پہ ہمارے سمندر کے اوپر ڈمپ کر دیا اور وہ نتیجتاً ہمارے ساحلوں تک پہنچ گیا، اور اس سے قطن کوئی تعلق نہیں بائیکو کا یا کسی بھی آئل ریفائنری کا یا کسی آئل پورٹ کا۔ دیکھیں، پاکستان میں کام کرنے والے جتنے بھی ادارے ہیں وہ اتنے رسپانسبل تو ہیں کہ وہ کم از کم اس طرح کی کوئی چیز جو ہے غیر ضروری جو ہے یا غیر انسانی جو کام نہیں کر سکتے، لیکن یہ ایشو یہ ہوتا ہے کہ سوشل میڈیا پہ تو خبر آتی تو اس میں کسی ایک کمپنی کو جو پیرلل کمپنیز ہیں یا کوئی اور کمپنی اس کو ایشو بنا سکتی ہے۔ نہیں، اس میں اصل میں جو ہمارے سوشل میڈیا میں بہت سارے ایسے گروپس ہیں جو کہ لوگوں کے ذہنوں میں ایک طرح کی کنفیوژنز کریٹ کرنا چاہتے ہیں، ٹھیک ہے، او آئی ایم سوری سو کالڈ این جی اوز ٹائپ کے لوگ ہیں، بالکل صحیح ہے، اور وہ جناب لے کے کھڑے ہو جاتے ہیں، گلیمرائز کرتے ہیں ان چیزوں کو، سمجھتے ہیں کہ اس سے ان کو سستی شہرت مل جائے گی، بڑی جلدی پاپولر ہو جائیں گے۔ تو وہ یہ بھی تو کرتے ہیں نا وسیع صاحب کہ وہ بلیک میل کر کے انہی کمپنیوں سے پیسے یا کچھ لے کر۔ بالکل درست فرمایا آپ نے، کیونکہ بالکل اس طرح کی چیزیں ہوئیں اور انہوں نے کوشش کی کہ بائیکو کسی طرح سے اس چیز میں پھر ان کو منہ بند کرانے کے لیے کچھ کرے، لیکن ہم نے بڑا اپنا اسٹینڈ فرم رکھا اور ہم نے اس تحقیق میں بہت زیادہ تعاون کیا اور تمام ٹیسٹ کرائے۔ ہمیں تو پہلے ہی پتہ چل گیا تھا کہ یہ ہمارا آئل ہو نہیں سکتا قطن، اور لیکن آخر کار حکومت نے اپنے ذمہ دار اداروں سے جو کرایا اور وہ خود اس نتیجے پہ پہنچ گئے، بہت خوشی کی بات ہے کہ یہ فائنلی کلیئر ہو۔ آپ سے سوال ہے یہ جناب، جس طرح آپ نے کہا کہ میں کوئی بھی ابراڈ کا ایک شپ تھا فورن کنٹری کا، اس نے آئل پھینک دیا ہماری ٹیریٹری کے اندر، جی جی، تو کوئی ایسے قانون نہیں ہے کہ ہم اپنی سی پروٹیکٹ کے لیے، پولوشن پروٹیکٹ کے لیے اور ہماری میرین لائف کو پروٹیکٹ کرنے کے لیے کوئی ایسے لاز نہیں ہے؟ بالکل بالکل آلریڈی ہیں، بالکل جناب، جرمان اور